ਨਿਰਗੁਣਵਾਦੀ ਹੈ, ਸੰਤ ਹੈ, ਉਹਨਾਂ ਨਾਲ ਉਹ ਦਵੈਸ਼ ਕਰਦੇ ਆ। ਇਹ ਬੜਾ ਸਾਧ ਸੰਗਤ ਜੀ ਝਗੜਾ ਤੁਹਾਨੂੰ ਨਹੀਂ, ਇਹ ਜਦੋਂ ਜਾ ਕੇ ਵਿੱਚ ਵਿਚਰੀਏ ਫਿਰ ਪਤਾ ਲੱਗਦਾ। ਬੜੀ ਅਚਰਜ ਖੇਡ ਹੈ ਵੈਸ਼ਨਵ ਮਤ ਵਾਲੇ ਨਾ ਕਦੇ ਸ਼ੰਕਰ ਦੀ ਪੂਜਾ ਨਹੀਂ ਕਰਦੇ। ਉਹ ਕ੍ਰਿਸ਼ਨ ਜੀ ਦੀ ਪੂਜਾ ਕਰਨਗੇ, ਰਾਮ ਜੀ ਦੀ, ਵਿਸ਼ਨੂੰ ਜੀ ਦੀ, ਉਹ ਸ਼ਿਵ ਜੀ ਦੀ ਪੂਜਾ ਨਹੀਂ ਕਰਦੇ ਕਦੇ ਵਾਸਤੇ। ਔਰ ਸਾਧ ਸੰਗਤ ਜੀ ਉਹ ਕਦੇ ਸ਼ਿਵਲਿੰਗ ਉਸ ਪਾਸੇ ਦੀ ਨੇੜੇ ਦੀ ਵੀ ਨਹੀਂ ਲੰਘਣ ਦਿੰਦੇ। ਐਸਾ ਉਹਨਾਂ ਦੇ ਵਿੱਚ ਆਪਸ ਦੇ ਵਿੱਚ ਐਸਾ ਵਖਰੇਵਾਂ ਹੈ। ਔਰ ਜਿਹੜੇ ਸ਼ੰਕਰ ਜੀ ਦੀ ਪੂਜਾ ਕਰਨ ਵਾਲੇ ਹੈ ਉਹ ਇਹਨਾਂ ਦੀ ਨਹੀਂ ਕਰਦੇ, ਇਹਨਾਂ ਦੇ ਨੇੜੇ ਵੀ ਨਹੀਂ ਜਾਂਦੇ। ਐਸਾ ਆਪਸ ਦੇ ਵਿੱਚ ਇਹ ਵਿਰੋਧਾ ਭਾਵ ਹੈ ਇਹਨਾਂ ਦੇ ਅੰਦਰ। ਅੱਗੇ ਤੋਂ ਅੱਗੇ ਜਾ ਕੇ ਪਤਾ ਲੱਗਦਾ ਉਹ ਸੰਤਾਂ ਨਾਲ, ਨਿਰਗੁਣਵਾਦੀਆਂ ਨਾਲ ਦਵੈਸ਼ ਕਮਾਉਂਦੇ ਆ। ਇਹ ਜਿਹੜੀ ਤੁਹਾਡੀ ਦਮਦਮੀ ਟਕਸਾਲ ਹੈ ਨਿਰਗੁਣਵਾਦੀ ਹੈ, ਇਹ ਨਿਰਗੁਣ ਦੇ ਉਪਾਸ਼ਕ ਹੈ। ਕੁਝ ਐਸੀਆਂ ਸਿੱਖ ਪੰਥ ਦੀਆਂ ਮਹਾਨ ਸੰਪਰਦਾਵਾਂ ਵੀ ਹਨ ਜਿਹੜੇ ਸਰਗੁਣ ਦੀ ਵੀ ਪੂਜਾ ਕਰਦੇ ਆ, ਪਰ ਸਾਨੂੰ ਕਿਸੇ ਦਾ ਵਿਰੋਧ ਨਹੀਂ ਕਰਨਾ ਚਾਹੀਦਾ, ਦਵੈਸ਼ ਵੀ ਨਹੀਂ ਕਰਨੀ ਚਾਹੀਦੀ। ਬੱਚਾ ਸਾਧ ਸੰਗਤ ਦੀ ਗਡੀਰੇ ਤੋਂ ਬਿਨਾਂ ਉਹਨੂੰ ਤੁਰਨਾ ਨਹੀਂ ਆਏਗਾ, ਉਹਨੂੰ ਆਸਰਾ ਚਾਹੀਦਾ ਕੋਈ ਨਾ ਕੋਈ। ਮੈਂ ਨਿਰਣਾ ਕਰ ਰਿਹਾ ਮਨ ਦਾ ਟਿਕਾ ਜਿਹੜਾ ਬਿਨਾਂ ਆਸਰੇ ਤੋਂ ਨਹੀਂ ਮਨ ਟਿਕਦਾ। ਮਨ ਨੂੰ ਕੋਈ ਸਾਹਮਣੇ ਵਜੂਦ ਚਾਹੀਦਾ ਜਿੱਥੇ ਮਨ ਨੂੰ ਟਿਕਾਉਣਾ। ਭਗਤੀ ਕਰੋਗੇ, ਨਾਮ ਜਪੋਗੇ, ਫਿਰ ਪਤਾ ਲੱਗਦਾ ਇਸ ਮਾਰਗ ਦੇ ਵਿੱਚ ਪੈਣ ਦਾ। ਗੱਲ ਕਰਨੀ, ਅੱਜ ਦੇ ਤਰਕਵਾਦੀ ਵਿਦਵਾਨ ਗੱਲ ਨਿਰਗੁਣ ਦੀ ਕਰਦੇ ਆ, ਪਤਾ ਕੱਖ ਵੀ ਨਹੀਂ ਉਹਨਾਂ ਨੂੰ, ਤੇ ਐਵੇਂ ਨਿੰਦਿਆ ਦੇ ਚੱਕਰਾਂ ਵਿੱਚ ਪਏ ਰਹਿੰਦੇ ਆ ਵਤੰਡਾਵਾਦ। ਬਿਨਾਂ ਮਤਲਬ ਤੋਂ ਹੀ ਰਗੜੇ ਝਗੜੇ ਪਾਏ ਹੋਏ ਉਹਨਾਂ ਲੋਕਾਂ ਨੇ। ਗੁਰੂ ਨਾਨਕ ਸਾਹਿਬ ਦਾ ਅਦਵੈਤ ਮਤ ਹੈ ਕਿਸੇ ਨਾਲ ਵੀ ਦਵੈਸ਼ ਨਹੀਂ ਕਰਨਾ। ਕਰੋ ਕੋਈ ਗੁਰੂ ਨਾਨਕ ਸਾਹਿਬ ਦਸਾਂ ਪਾਤਸ਼ਾਹੀਆਂ ਨੂੰ ਪ੍ਰਤੱਖ ਜਾਣ ਕੇ ਸੇਵਾ ਕਰ ਰਿਹਾ, ਕੋਈ ਭਾਈ ਨਿਰਾਕਾਰ ਸਰੂਪ ਪਰਮੇਸ਼ਰ ਦੇ ਧਿਆਨ ਵਿੱਚ ਸਿਮਰਨ ਦੇ ਵਿੱਚ ਉਹਦੀ ਯਾਦ ਵਿੱਚ ਬੈਠਾ ਹੈ, ਸਾਰੇ ਸਨਮਾਨ ਯੋਗ ਹਨ। ਇਸ ਕਰਕੇ ਮਨ ਨੂੰ ਕੋਈ ਨਾ ਕੋਈ ਧੇ ਚਾਹੀਦਾ ਤਾਂ ਉਹ ਟਿਕਦਾ। ਜਿਹੜੇ ਗੁਰਮੁਖ ਹੁੰਦੇ ਆ ਨਾ, ਜਿਨ੍ਹਾਂ ਦੀ ਅਵਸਥਾ ਉੱਚੀ ਹੁੰਦੀ ਹੈ, ਉਹ ਤਾਂ ਜਦੋਂ ਸਾਧ ਸੰਗਤ ਜੀ ਸਮਾਧੀ ਵਿੱਚ ਬੈਠ ਜਾਂਦੇ ਉਹਨਾਂ ਦਾ ਮਨ ਉਦੋਂ ਹੀ ਟਿਕ ਜਾਂਦਾ, ਹਰ ਇੱਕ ਦਾ ਨਹੀਂ ਟਿਕੇਗਾ। ਜੇ ਹੁਣ ਨਿਰਗੁਣਵਾਦੀ ਮਹਾਤਮਾ ਪਰਮੇਸ਼ਰ ਦੇ ਵਿੱਚ ਉਹਦਾ ਮਨ ਜੁੜਿਆ ਹੋਇਆ ਨਿਰਾਕਾਰ ਦੀ ਉਪਾਸ਼ਨਾ ਕਰਦਾ, ਦੂਜਿਆਂ ਨੂੰ ਉਹਦੇ ਨਾਲ ਨਫ਼ਰਤ ਨਹੀਂ ਕਰਨੀ ਚਾਹੀਦੀ। ਜੇ ਕੋਈ ਸਰਗੁਣ ਦੀ ਉਪਾਸ਼ਨਾ ਕਰਦਾ ਤਾਂ ਭਾਈ ਨਿਰਗੁਣ ਵਾਲਿਆਂ ਨੂੰ ਨਹੀਂ ਉਹਦੇ ਨਾਲ ਨਫ਼ਰਤ ਕਰਨੀ ਚਾਹੀਦੀ। ਇਸ ਕਰਕੇ ਸਭ ਦਾ ਹੀ ਸਨਮਾਨ ਹੈ, ਕਰਦਾ ਹੀ ਤਾਂ ਹੈ ਨਾ ਕੋਈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਸੇਵਾ ਔਰ ਪੂਜਾ ਹੈ ਨਿਰਗੁਣ ਦੀ ਵੀ ਹੈ, ਸਰਗੁਣ ਦੀ ਵੀ ਹੈ। ਹੁਣ ਜਦੋਂ ਆਪਾਂ ਗੁਰੂ ਸਾਹਿਬ ਦਾ ਪ੍ਰਕਾਸ਼ ਕਰਦੇ ਹਾਂ, ਸੁਖਾਸਨ ਕਰਦੇ ਹਾਂ, ਗਰਮੀ ਸਰਦੀ ਦੇ ਵਿੱਚ, ਗਰਮੀ ਵਿੱਚ ਠੰਡੇ ਸੂਖਮ ਰੁਮਾਲੇ ਸਤਿਗੁਰੂ ਜੀ ਦੇ ਅੰਗਾਂ ਨੂੰ ਲਾਈਦੇ ਆ, ਸਰਦੀ ਵਿੱਚ ਗਰਮ ਰੁਮਾਲੇ ਲਾਈਦੇ ਆ, ਇਹ ਸਰਗੁਣ ਦੀ ਪੂਜਾ।
ਕੜਾ ਪ੍ਰਸ਼ਾਦ ਦੀ ਦੇਗ ਨੂੰ ਭੋਗ ਲਾਉਂਦੇ ਸਰਗੁਣ ਦੀ ਪੂਜਾ। ਜਦੋਂ ਆਪਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਪੜ੍ਹਦੇ ਹਾਂ ਇਹ ਨਿਰਗੁਣ ਦੀ ਪੂਜਾ। ਤਾਂ ਹੀ ਗੁਰੂ ਘਰ ਦੀ ਇਹ ਵੱਡੀ ਮਹਾਨਤਾ, ਗੁਰੂ ਘਰ ਨੇ ਕਿਤੇ ਵੀ ਦੁਵੈਸ਼ ਨਹੀਂ ਪੈਦਾ ਕੀਤੀ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂਜਾ ਨਿਰਗੁਣ ਸਰਗੁਣ ਦੋਨਾਂ ਦਾ ਸੁਮੇਲ ਹੈ। ਕਿਉਂ? ਕਲਗੀਆਂ ਵਾਲਿਆਂ ਨੇ ਕਹਿ ਦਿੱਤਾ ਆਪਣੇ ਮੁਖਾਰ ਬਿੰਦ ਤੋਂ, ਆਗਿਆ ਭਈ ਅਕਾਲ ਕੀ ਤਵੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੀਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨੀਐ ਪ੍ਰਗਟ ਗੁਰਾਂ ਕੀ ਦੇਹ, ਦੇਹ ਨਾਮ ਸਰੀਰ ਦਾ। ਇਹ ਦਸ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰਨੀ ਹੈ, ਉਹਨਾਂ ਦਾ ਰੂਪ, ਉਹਨਾਂ ਦਾ ਸਰੀਰ। ਇਸ ਕਰਕੇ ਜਿਹੜੀ ਸੇਵਾ ਪ੍ਰਕਾਸ਼ ਸੁਖਾਸਨ ਦੀ ਹੈ, ਬਾਕੀ ਸੇਵਾਵਾਂ ਇਹ ਸਾਰੀਆਂ ਸਰਗੁਣ ਦੀ ਸੇਵਾ। ਜਿਹੜੀ ਆਪਾਂ ਬਾਣੀ ਪੜ੍ਹਦੇ ਹਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ, ਇਹ ਨਿਰਾਕਾਰ ਦੀ ਉਪਾਸ਼ਨਾ, ਉਹਦੀ ਭਗਤੀ ਹੋ ਰਹੀ ਹੈ। ਇਹ ਦੋਨਾਂ ਦਾ ਸੁਮੇਲ ਹੈ। ਇਸ ਬਾਰੇ ਗਲਤ ਪ੍ਰਚਾਰ ਨਹੀਂ ਕਰਨਾ ਚਾਹੀਦਾ ਕਿ ਏਸੀ ਨਾ ਲਾਓ, ਪੱਖੇ ਨਾ ਲਾਓ, ਫਲਾਨਾ ਨਾ ਕਰੋ, ਧਿਮਕੜਾ ਨਾ ਕਰੋ। ਆਖੇ ਗੁਰੂ ਗ੍ਰੰਥ ਸਾਹਿਬ ਨੂੰ ਠੰਡ ਲੱਗਦੀ ਹੈ, ਉਹ ਤੁਹਾਨੂੰ ਠੰਡ ਲੱਗਦੀ ਹੈ, ਸਰੀਰਾਂ ਨੂੰ ਲੱਗਦੀ ਹੈ, ਸਰੀਰਾਂ ਨੂੰ ਭੁੱਖ ਪਿਆਸ ਲੱਗਦੀ ਹੈ। ਅਸੀਂ ਗੁਰੂ ਸਾਹਿਬ ਦੇ ਸਰੀਰ ਦੀ ਸੇਵਾ ਕਰ ਰਹੇ ਹਾਂ, ਸਰੀਰ ਧਾਰੀ ਲਈ ਸਭ ਕੁਝ ਹੈ। ਇਸ ਕਰਕੇ ਗੁਰੂ ਸਾਹਿਬ ਨੂੰ ਅਸੀਂ ਪ੍ਰਤੱਖ ਸਰੀਰ ਦਸ ਗੁਰਾਂ ਦੀ ਦੇਹ ਜਾਣ ਕੇ ਸੇਵਾ ਕਰਨੀ ਹੈ। ਨਿਰਾਕਾਰ ਦੀ ਸੇਵਾ ਦੇ ਵਿੱਚ ਜਿਹੜਾ ਪੱਖ ਹੈ ਉਹ ਅਸੀਂ ਬਾਣੀ ਪੜ੍ਹਨੀ ਹੈ, ਗੁਰਬਾਣੀ ਦੇ ਸ਼ਬਦ ਦੀ, ਨਾਮ ਦੀ ਕਮਾਈ ਕਰਨੀ, ਉਹ ਨਿਰਾਕਾਰ ਦੀ ਪੂਜਾ ਹੈ। ਇਸ ਕਰਕੇ ਬਹੁਤ ਖਿਆਲ ਰੱਖਣਾ ਚਾਹੀਦਾ।